ਗਿਆ ਤੇ ਵਿਸ਼ਵਾਸ ਟੁੱਟ ਗਿਆ ਤਾਂ ਸਮਾਜ ਸ਼ਰਮਾ ਜਾਏਗਾ। ਪਹਿਲੇ ਰਹਿਣੇ ਜਿਵੇਂ ਕਿ ਹੋ ਰਿਹਾ, ਕੋਈ ਸੁਰੱਖਿਆ ਮਹਿਸੂਸ ਨਹੀਂ ਕਰਦਾ। ਅਸੀਂ ਕੱਲ੍ਹ ਸਾਡੀ IMA ਮੀਟਿੰਗ, ਜਿੰਨੀਆਂ ਵੀ ਡਾਕਟਰ ਲੜਕੀਆਂ ਬੋਲੀਆਂ, ਇੱਥੇ ਡਾਕਟਰ ਪ੍ਰਗਿਆ ਵੀ ਬੋਲੀ ਸਾਡੇ ਵਿੱਚ ਹੈ, ਨੌਜਵਾਨ ਡਾਕਟਰ, ਕਿ ਹੁਣ ਸਾਨੂੰ ਡਿਊਟੀ ਦੇਣ ਲੱਗੇ ਡਰ ਲੱਗਦਾ, ਡਿਊਟੀ ਰੂਮ 'ਚ ਸੌਣ ਲੱਗੇ ਡਰ ਲੱਗਦਾ। ਜੇ ਡਾਕਟਰ ਨੂੰ ਡਰ ਲੱਗੇਗਾ, ਡਰ ਕੇ ਡਿਊਟੀ ਦੇ ਕੇ ਫਿਰ ਕੰਮ ਕਿਵੇਂ ਕਰੇ? ਅੱਜ ਲੜਕੀਆਂ ਨਾਲ ਹੈ, ਇਹ ਫਿਰ ਹਿੰਸਾ ਰੁਕਦੀ ਨਹੀਂ ਹੁੰਦੀ, ਕੱਲ੍ਹ ਨੂੰ ਲੜਕਿਆਂ ਨਾਲ ਵੀ ਹੋਏਗੀ, ਕਿਉਂਕਿ ਜੋ ਬਦਮਾਸ਼ ਕਿਸਮ ਦਾ ਅਨਸਰ ਹੈ ਇਹ ਫਿਰ ਕਿਸੇ ਨੂੰ ਦੇਖਦਾ ਨਹੀਂ। ਅਤੇ ਸਾਡੀ ਵੀ ਕੁਛ ਹੱਦ ਤੱਕ ਮਾਨਸਿਕਤਾ ਹੁੰਦੀ ਹੈ, ਜੇ ਕੋਈ ਦੋਸ਼ੀ ਕਿਸੇ ਹੋਰ ਜਾਤੀ ਦਾ, ਕਿਸੇ ਹੋਰ ਧਰਮ ਦਾ, ਆ ਕਠੂਆ ਵਿੱਚ ਕੀ ਹੋਇਆ, ਬੱਚੀ ਨਾਲ ਬਲਾਤਕਾਰ ਹੋਇਆ, ਤੇ ਪੀੜਿਤਾਂ ਦੇ ਉਲਟ ਦੋਸ਼ੀਆਂ ਦੇ ਹੱਕ ਦੇ ਵਿੱਚ ਵਕੀਲਾਂ ਦੀ ਜ਼ਰੂਰਤ ਕੱਢਿਆ। ਹੱਥ ਦਾ ਸਕਾਂਡ ਹੋਇਆ, ਕੋਈ ਨਹੀਂ ਬੋਲਿਆ ਇਹ ਸਰਕਾਰ ਚੋਂ। ਗੋਦਰਾ ਹੋਇਆ, ਉਸ ਤੋਂ ਬਾਅਦ ਤੇ ਫਿਰ ਉਸ ਗੁਜਰਾਤ ਹੋਇਆ, ਆ ਹੁਣ ਦੀਆਂ ਗੱਲਾਂ ਵੱਲ ਆ ਜਿਹੜਾ ਹੋਇਆ ਆਪਣੇ ਬਨਾਰਸ ਵਿੱਚ ਹਿੰਦੂ ਯੂਨੀਵਰਸਿਟੀ 'ਚ ਜਿਨ੍ਹਾਂ ਨੇ ਦੁਰਾਚਾਰ ਕੀਤਾ, ਉਹ ਅਗਲੇ ਦਿਨ ਪ੍ਰਧਾਨ ਮੰਤਰੀ ਨਾਲ ਕੰਪੇਨ ਕਰਦੇ ਫਿਰਦੇ। ਦੱਸੋ ਕਿਵੇਂ ਵਿਸ਼ਵਾਸ ਦੇਵੇਗਾ ਕਿ ਪ੍ਰਧਾਨ ਮੰਤਰੀ ਨੇ ਜਦੋਂ ਪਿਛਲੇ ਸਾਲ ਗਿਆ, ਬੇਟੀ ਬਚਾਓ ਬੇਟੀ ਪੜਾਓ ਪੂਰੇ 7:45 ਸੀ, 7:45 ਹੀ ਬਿਲਕੀ ਸੁਬਾਨੋ ਦੇ ਪਰਿਵਾਰ ਦੇ ਬਲਾਤਕਾਰੀ ਦੇ ਨਿਆਰਿਆਂ ਨੂੰ ਜੇਲ੍ਹ ਤੋਂ ਚੱਕਿਆ। ਇਹ ਫਿਰ ਕਿਵੇਂ ਦੱਸੋ ਹੋਏਗਾ? ਇਸ ਲਈ ਬਹੁਤ ਵੱਡੀ ਚਿੰਤਾ ਦੀ ਲੋੜ ਹੈ, ਕਾਨੂੰਨੀ ਪ੍ਰਕਿਰਿਆ ਨੂੰ ਠੀਕ ਕਰਨ ਦੀ ਲੋੜ ਹੈ, ਅਤੇ ਨਾਲ ਹੀ ਸਮਾਜ ਦੇ ਵਿੱਚ ਮਿਲ ਬੈਠ ਕੇ ਇਹਨਾਂ ਮਸਲਿਆਂ ਨੂੰ, ਪਹਿਲੇ ਸਮਾਜ ਸੁਧਾਰਕ ਆਉਂਦੇ ਸੀ, ਇਹ ਕੰਮ ਕਰਦੇ ਸੀ, ਅਨੇਕਾਂ ਹੀ ਹੋਏ ਨੇ ਸਾਡੇ ਪੰਜਾਬ ਵਿੱਚ, ਤਾਂ ਬਹੁਤ ਹੀ ਗੁਰੂ ਨਾਨਕ ਦੇਵ ਜੀ, ਹੋਰ ਕਿੰਨੇ ਹੀ ਸਮਾਜ ਸੁਧਾਰਕ ਆਏ, ਦੇਸ਼ ਵਿੱਚ ਬਾਬਾ ਨਾਮਦੇਵ ਵਗੈਰਾ, ਸਵਿਤਰੀ ਫੁੱਲੇ, ਇਹਨਾਂ ਨੇ ਸਮਾਜ ਨੂੰ ਸੁਧਾਰਿਆ। ਪਰ ਅੱਜ ਦੇ ਜਿਹੜੇ ਬਹੁਤ ਸਾਰੇ ਅਖੌਤੀ ਸਮਾਜ ਸੁਧਾਰਕ, ਉਹਨਾਂ ਦਾ ਕਿਰਦਾਰ ਕੀ ਹੈ ਜਦੋਂ ਸਾਹਮਣੇ ਆਉਂਦਾ ਸਾਡੇ, ਤਾਂ ਫਿਰ ਬੜਾ ਦੁੱਖ। ਇਸ ਲਈ ਬਹੁਤ ਸਾਰੇ ਸਾਥੀਆਂ ਨੇ ਆਪਣੇ ਵਿਚਾਰ ਦੇ ਲਿਆ ਸਾਡੇ ਵਿੱਚ, ਮੈਂ ਨਾਲ ਹੈ ਤੁਹਾਡੇ ਐਵੇਂ ਵਲੰਟੀਅਰ ਨਾਲ ਖੜਾ ਹੈ ਸਾਡੇ ਵਿੱਚ ਸਭਾ ਦੇ ਆਗੂ ਡਾਕਟਰ ਪਸ਼ੂ ਲਤਾ ਹੈ, ਉਹ ਆਪਣੇ ਵਿਚਾਰ ਦੇ ਰਹੀ, ਉਸ ਬਾਅਦ ਸਾਰੇ ਗੁਰੂ ਕੇ ਬਾਣੀ ਇਹ ਜ਼ਿੰਦਗੀ ਹੈ, ਦਹਿਸ਼ਤ ਹੈ, ਕਿਸੇ ਔਰਤ ਦੇ ਨਾਲ ਇਸ ਤਰ੍ਹਾਂ ਦਾ ਅਸਰ ਕਰਨਾ, ਇਹ ਕਿਹਾ ਜਾਂਦਾ ਹੈ ਕਿ ਇਹ ਕੋਈ ਇਨਸਾਨ ਦਾ ਕੰਮ ਨਹੀਂ, ਇਹ ਕਿਸੇ ਜਾਨਵਰ ਦਾ ਕੰਮ ਹੈ। ਮੈਂ ਕਹਿੰਦੀ ਹਾਂ ਗਲਤ ਹੈ, ਮੈਂ ਕਹਿੰਦੀ ਹਾਂ ਗਲਤ ਹੈ। ਕੋਈ ਵੀ ਜਾਨਵਰ ਕਿਸੇ ਇਸ ਤਰ੍ਹਾਂ ਬਲਾਤਕਾਰ ਨਹੀਂ ਕਰਦਾ, ਕੋਈ ਜਾਨਵਰ ਅੱਖਾਂ 'ਤੇ ਨੋਂਦਰਾ ਨਹੀਂ ਮਾਰਦਾ, ਕੋਈ ਜਾਨਵਰ ਇੱਦਾਂ ਦਾ ਸਲੂਕ ਨਹੀਂ ਕਰਦਾ। ਬੜੇ ਅਫਸੋਸ ਦੀ ਗੱਲ ਹੈ ਸਾਨੂੰ ਕਹਿੰਦੇ ਹੋਏ ਕਿ ਹਰ ਵਾਰੀ ਅਸੀਂ ਨਿਰਭੈ ਕਾਂਡ ਦਾ ਦੇਖਦੇ ਰਹੇ, 7 ਸਾਲ ਤੋਂ ਬਾਅਦ ਉਹਦਾ ਜਾ ਕੇ ਮਸਾਂ ਨਹੀਂ ਜਾ ਕੇ ਉਸਦਾ ਫੈਸਲਾ ਹੋਇਆ। ਪ੍ਰਿਯੰਕਾ ਰੈਡੀ ਇੱਕ ਡਾਕਟਰ ਆਪਣੀ ਡਿਊਟੀ ਤੋਂ ਆ ਰਹੀ ਹੈ, ਉਹਦੇ ਨਾਲ ਬੜਾ ਹਾਦਸਾ ਦਸਤੀ
ਸੀ ਉਹਦੇ ਨਾਲ ਬਲਾਤਕਾਰ ਤੋਂ ਬਾਅਦ ਉਹਨੂੰ ਜਲਾ ਦਿੱਤਾ ਗਿਆ। ਅਸੀਂ ਹਰ ਵਾਰੀ ਸੋਸ਼ਲ ਥਿੰਕਰ ਫੋਰਮ, ਪੰਜਾਬ ਇਸਤਰੀ ਸਭਾ, ਭਾਰਤ ਜਨ ਗਿਆਨ ਗਿਆਨ ਜਥਾ, ਇਹਨਾਂ ਇੰਡੀਅਨ IDPD, ਇੰਡੀਅਨ ਡਾਕਟਰਸ ਆਫ ਪੀਸ ਐਂਡ ਡਿਵੈਲਪਮੈਂਟ, ਸਾਰੇ ਇਕੱਠੇ ਹੋ ਕੇ ਅਸੀਂ ਬੜਾ ਰੈਲੀ ਧਰਨੇ ਕਰਦੇ ਹਾਂ, ਕੋਸ਼ਿਸ਼ਾਂ ਕਰਦੇ ਹਾਂ, DC ਨੂੰ ਮੈਮੋਰੈਂਡਮ ਦਿੰਦੇ ਹਾਂ, ਪਰ ਬੜਾ ਅਫਸੋਸ ਹੁੰਦਾ ਗੱਲਾਂ ਉੱਥੇ ਦੀਆਂ ਉੱਥੇ ਹੀ ਰਹਿ ਜਾਂਦੀਆਂ। ਪਰ ਹੁਣ ਮੈਂ ਕਹਿ ਰਹੀ ਹਾਂ ਕਿ ਹੁਣ ਲੋੜ ਹੈ ਫੈਸਲਾ ਕਰਨ ਦੀ, ਫੈਸਲਾ ਕਰਨ ਦੀ ਲੋੜ ਹੈ। ਫੈਸਲਾ ਉਦੋਂ ਹੋਏਗਾ ਜਦੋਂ ਅਸੀਂ ਦ੍ਰੋਪਦੀ ਦਾ ਚੀਰ ਹਰਨ ਕਰਨ ਵਾਲੇ ਨੂੰ, ਜਦੋਂ ਅਸੀਂ ਦ੍ਰੋਪਦੀ ਦਾ ਚੀਰ ਹਰਨ ਕਰਨ ਵਾਲੇ ਨੂੰ ਸਜ਼ਾ ਦੇਵਾਂਗੇ। ਤੇ ਜੇ ਅਸੀਂ ਸਜ਼ਾ ਨਾ ਦਿੰਦੇ ਹੋਈਏ ਤਾਂ ਅਸੀਂ ਜਿਹੜੀ ਚਿੰਤਾ ਦਾ ਉਪਦੇਸ਼ ਪੜ੍ਹਨਾ ਬੰਦ ਕਰ ਦਵਾਂਗੇ। ਇਸੇ ਤਰੀਕੇ ਨਾਲ ਸਾਡਾ ਸਾਨੂੰ ਲੋੜ ਹੈ ਅਸੀਂ ਸੀਤਾ ਦੇ ਰੂਪੀ ਔਰਤ ਦੇ ਜਾਨਵਰ ਦੀ ਲੰਕਾ ਨੂੰ ਜਲਾ ਦੇਈਏ। ਜੇ ਅਸੀਂ ਇਹ ਗੱਲ ਨਾ ਕਰ ਸਕੇ ਤਾਂ ਸਾਨੂੰ ਰਾਮ ਭਗਵਾਨ ਦੀ ਮੂਰਤੀ ਨੂੰ ਆਪਣੇ ਘਰ ਵਿੱਚ ਰੱਖਣ ਦਾ ਕੋਈ ਹੱਕ ਨਹੀਂ। ਸਾਨੂੰ ਲੋੜ ਹੈ ਇਸ ਤਰੀਕੇ ਦੇ ਨਾਲ ਔਰਤਾਂ ਦੇ ਨਾਲ ਜਿਹੜੇ ਜ਼ੁਲਮ ਹੁੰਦੇ ਹੈ, ਇੱਕ ਔਰਤ ਦਾ ਜਿਹੜਾ ਇੱਕ ਹੱਥ ਜਿਹੜਾ ਔਰਤ ਦੀ ਅੰਚਲ ਤੇ ਚੁੰਨੀ ਦੇ ਉੱਤੇ ਚਲਾ ਜਾਂਦਾ ਹੈ, ਉਸ ਨੂੰ ਸਾਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰਨ ਦੀ ਲੋੜ ਹੈ। ਜੇ ਅਸੀਂ ਅਜਿਹਾ ਨਾ ਕਰ ਸਕੀਏ ਤਾਂ ਸਾਨੂੰ ਕੋਈ ਹੱਕ ਨਹੀਂ ਆਪਣੇ ਵੱਲੋਂ ਇਨਸਾਨ ਕਹਾਉਣ ਦਾ। ਸਾਨੂੰ ਲੋੜ ਹੈ ਅਸੀਂ ਉਹਨਾਂ ਭੈਣਾਂ ਦੀ, ਸਾਨੂੰ ਉਹ ਔਰਤ ਨੂੰ ਲਕਸ਼ਮੀ ਕਹਿਣ ਦਾ ਕੋਈ ਮਤਲਬ ਨਹੀਂ, ਕਿਉਂਕਿ ਅਸੀਂ ਤਾਂ ਉਸ ਦੇ ਵਿੱਚ ਤਾਰ ਤਾਰ ਤਾਂ ਕਰ ਹੀ ਰਹੇ ਹਾਂ, ਉਸ ਤੋਂ ਵੀ ਵੱਧ ਕਰਕੇ ਅਸੀਂ ਉਹ ਔਰਤ ਨੂੰ ਕੀ ਹੈ ਮਰਨ ਲਈ ਵੀ ਮਜਬੂਰ ਕਰ ਰਹੇ ਹਾਂ। ਹਾਂ, ਪਹਿਲਾਂ ਜਦੋਂ ਨਿਰਭੈ ਕਾਂਡ ਹੋਇਆ ਮਨ ਕੰਬ ਗਿਆ ਸੀ ਵੀ ਅਸੀਂ ਇੱਦਾਂ ਦਾ ਨਹੀਂ ਹੋਣ ਦੇਣਾ। ਮੈਂ ਬਿੱਟੀ ਹੋ ਗਿਆ ਪਰ ਸੋਚਿਆ ਹੁਣ ਨਹੀਂ ਹੋਈ ਘਟਨਾ, ਫਿਰ ਪ੍ਰਿਯੰਕਾ ਰੈਡੀ ਦੀ ਹੋ ਗਈ ਲੱਗਿਆ ਉਸ ਤੋਂ ਵੀ ਵੱਧ ਹੋ ਗਈ, ਫਿਰ ਲੱਗਿਆ ਹੱਥ ਰੱਖਦੇ ਉਸ ਤੋਂ ਵੀ ਅੱਗੇ ਵੱਧ ਘਟਨਾ ਹੋ ਗਈ ਕਿ ਉਹਨੂੰ ਜਲਾ ਹੀ ਦਿੱਤਾ ਗਿਆ। ਹੁਣ ਤਾਂ ਵੱਧ ਤੋਂ ਵੱਧ ਘਟਨਾ ਬਜਾਏ ਕਿ ਉਹਦਾ ਲੈਵਲ ਘਟਾਉਂਦੇ ਉਸ ਤੋਂ ਵੱਧ ਵੱਧ ਹੁੰਦਾ ਜਾ ਰਿਹਾ। ਅੱਜ ਸਾਡਾ ਤਾਂ ਬੜਾ ਹਲੂਮ ਜਿਹਾ ਮਨ ਕੰਬਿਆ ਹੋਇਆ ਵੀ ਔਰਤਾਂ ਦੇ ਨਾਲ ਕੋਈ ਡਿਊਟੀ ਵੀ ਨਹੀਂ ਕਰ ਸਕਦੀ। 36 ਘੰਟੇ ਇੱਕ ਔਰਤ ਨੂੰ ਡਿਊਟੀ ਕਰਨ ਲਈ ਉਸ ਨੂੰ ਥੋੜ੍ਹਾ ਰੈਸਟ ਕਰਨ ਦਾ ਹੱਕ ਨਹੀਂ? ਅਸੀਂ ਸਰਕਾਰਾਂ ਨੂੰ ਕਹਿੰਦੇ ਹਾਂ ਇਹ ਡਿਊਟੀ ਘੱਟੋ ਘੱਟ 8 ਘੰਟੇ ਦੀ ਹੋਵੇ ਤਾਂ ਕਿ ਔਰਤ ਨੂੰ ਵੀ ਆਰਾਮ ਮਿਲ ਸਕੇ, ਉਸਦੀ ਕੋਈ ਸ਼ੈਲਟਰ ਦਾ ਵੀ ਕੀਤਾ ਜਾਵੇ, ਕਿਤੇ ਰੱਖਣ ਦਾ ਕੋਈ ਉਹਦਾ ਹੱਕ ਨਹੀਂ ਹੈਗਾ। ਇਸ ਤਰੀਕੇ ਦੇ ਨਾਲ ਜੇ ਅਸੀਂ ਔਰਤ ਦਾ ਇੱਦਾਂ ਦਾ ਨਾ ਕਰ ਸਕੀਏ ਤਾਂ ਸਾਨੂੰ ਅੱਗ ਰੱਖਣੀ ਜਾ ਰਹੀ ਹੈ ਕੱਲ੍ਹ ਨੂੰ। ਜੇ ਅਸੀਂ ਔਰਤਾਂ ਦੀ, ਭੈਣਾਂ ਦੀ ਬਚਾਅ ਨਹੀਂ ਕਰ ਸਕਦੇ ਸਾਨੂੰ ਰੱਖੜੀ ਬਣਵਾਉਣ ਦਾ ਵੀ ਹੱਕ ਨਹੀਂ। ਅਤੇ ਮੈਂ ਕਹਿੰਦੀ ਹਾਂ ਕਿ ਸਾਨੂੰ ਇਹ ਗੱਲਾਂ ਲਈ ਸੋਚਣਾ ਪਏਗਾ, ਜਦੋਂ ਅਸੀਂ ਇਹ ਗੱਲਾਂ ਨੂੰ ਸੋਚਾਂਗੇ ਤਾਂ ਹੀ ਅਸੀਂ ਕੁਛ ਕਰ ਸਕਦੇ ਹਾਂ। ਅਤੇ ਸਾਡੇ ਲਈ ਇਹ ਬਹੁਤ ਸੋਚਣ ਦੀ ਗੱਲ ਹੈ, ਸਰਕਾਰਾਂ ਨੂੰ ਚਾਹੀਦਾ ਕਿ ਇਹ ਗੱਲਾਂ ਦਾ ਧਿਆਨ ਇੱਕ ਔਰਤ ਵਿੱਚ ਇਨਸਾਨ ਨੂੰ ਦੇਖ ਕੇ ਤੁਸੀਂ ਰਾਜਨੀਤੀ ਨਹੀਂ ਬੰਦੀ ਕਰੋ। ਅਸੀਂ ਕੀ ਕਰਦੇ ਹਾਂ ਰਾਜਨੀਤੀ ਆ ਤੁਸੀਂ ਪੈ ਦਿੰਦੇ ਹੋ, ਰਾਜਨੀਤੀ ਚੱਲ ਰਹੀ ਹੈ, ਕੋਈ ਸਰਕਾਰ ਉਸ ਨੂੰ ਕਹਿ ਰਹੀ ਹੈ, ਕੋਈ ਉਸ ਨੂੰ ਕਹਿ ਰਹੀ ਹੈ, ਉਹ ਰੈਲੀ ਕੱਢ ਰਹੀ ਹੈ, ਕੋਈ ਫਾਇਦਾ ਹੈ? ਮਰਨ ਵਾਲੀ ਕਿਹੜੀ ਹਾਲਤ ਵਿੱਚ ਮਰੀ ਹੈ? ਉਹ ਜਿਹੜੀ ਸੀ ਉਹ ਆਪਣੇ ਹੋਸਪਿਟਲ ਦੀਆਂ ਇਲੀਗਲ ਗੱਲਾਂ ਦੇ ਡਾਕੂਮੈਂਟ ਇਕੱਠੇ ਕਰਕੇ ਸੋਸ਼ਲ ਮੀਡੀਆ 'ਤੇ ਦੇਣ ਵਾਲੀ ਸੀ, ਇਹ ਰੀਜ਼ਨ ਸੀ ਬਹਾਨਾ ਉਹਦਾ ਸ਼ੇਪ ਉਸਨੂੰ ਬਲਾਤਕਾਰ ਦੀ ਦੇ ਕੇ ਉਸਨੂੰ ਹਟਾ ਦਿੱਤਾ ਗਿਆ ਰਸਤੇ ਵਿੱਚੋਂ। ਉਹ ਇਲੀਗਲ ਦਵਾਈਆਂ ਜਿਹੜੀਆਂ ਜ਼ਿਆਦਾ ਟੈਂਡਰ ਪਾਸ ਕਰਕੇ ਸਸਤੀਆਂ ਲਿਆਈਆਂ ਜਾਂਦੀਆਂ ਸੀ, ਔਰਗੈਨਸ ਕੱਢ ਕੱਢ ਕੇ ਵੇਚੇ ਜਾ ਰਹੇ ਸੀ ਇਲੀਗਲੀ, ਉਹ ਹੱਕ ਉਸ ਪ੍ਰਿੰਸੀਪਲ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਜਿਸ ਨੂੰ ਬਾਰ ਬਾਰ ਕਹਿੰਦੇ। ਸ਼ਰਮ ਦੀ ਗੱਲ ਹੈ ਤ੍ਰਿਮੂਲ ਸਰਕਾਰ ਵਾਸਤੇ ਵੀ ਅਤੇ ਸਾਡੇ ਸੋਚ ਕੇ ਵੀ ਸਾਨੂੰ ਬੜੀ ਸ਼ਰਮ ਆਉਂਦੀ ਹੈ, ਇੱਕ ਪ੍ਰਿੰਸੀਪਲ ਨੈਤਿਕ ਤੌਰ 'ਤੇ ਆਪਣਾ ਰਿਜ਼ਾਈਨ ਦੇ ਦਿੰਦਾ ਪਰ ਨੈਤਿਕ ਤੌਰ 'ਤੇ ਦੇਈਏ ਨਾ ਹੀ ਦੂਜੇ ਕਾਲਜ ਦੇ ਵਿੱਚ ਉਸਨੂੰ ਪ੍ਰਿੰਸੀਪਲ ਸ਼ਿਫਟ 4 ਘੰਟੇ ਬਾਅਦ ਮਿਲ ਜਾਂਦੀ ਹੈ, ਇਹ ਕਿੱਥੋਂ ਦਾ ਇਨਸਾਫ ਹੈ? ਇਹ ਤਾਂ ਬਿਲਕੁਲ ਹੀ ਸ਼ਰਮਸਾਰ ਗੱਲ ਹੈ। ਇਸ ਤੋਂ
ਵੱਧ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ। ਰੱਬ ਤੋਂ ਦੁਆ ਹੈ ਵੀ ਇਸ ਤੋਂ ਬਾਅਦ ਮਾੜਾ ਹਾਲ ਸਾਨੂੰ ਕਦੀ ਨਾ ਦਿਖਾਈ। ਅਸੀਂ ਔਰਤਾਂ ਦਾ ਕੋਈ ਸਾਡੀ ਸੇਫਟੀ ਨਹੀਂ ਹੈ, ਕੋਈ ਕੁਛ ਨਹੀਂ ਹੈ, ਸੋਚਿਆ ਨਹੀਂ ਜਾ ਸਕਦਾ ਕਿ ਆਉਣ ਵਾਲੇ ਪਲ ਵਿੱਚ ਕੀ ਹੋ ਜਾਏਗਾ। ਹੁਣ ਮੈਂ ਬਹੁਤ ਧੰਨਵਾਦ ਕਰਦੀ ਹਾਂ ਸਾਰੀਆਂ ਔਰਗੇਨਾਈਜੇਸ਼ਨ ਦਾ, ਵੈਲਕਮ ਕਰਦੀ ਹਾਂ ਸਰ ਤੁਹਾਨੂੰ। ਤੁਹਾਨੂੰ ਅਸੀਂ ਲੋਕ ਸਭਾ ਦੇ ਵਿੱਚ ਬੋਲਦੇ ਹੋਏ ਸੁਣਿਆ, ਵਾਕਈ ਪੰਜਾਬੀਆਂ ਦਾ ਜਜ਼ਬਾ ਅਤੇ ਹੌਸਲਾ ਬਹੁਤ ਬੁਲੰਦ ਹੁੰਦਾ ਹੈ। ਅਸੀਂ ਸੁਣਿਆ, ਸਾਨੂੰ ਬਹੁਤ ਅੱਛਾ ਲੱਗਿਆ, ਬੜਾ ਮਾਣ ਹੋਇਆ ਅਤੇ ਅੱਜ ਖੁਸ਼ੀ ਹੈ ਕਿ ਡਾਕਟਰ ਸਾਹਿਬ ਨੇ ਸਾਡੇ ਨਾਲ, ਤਾਂ ਅਸੀਂ ਨਾ ਸਾਡੇ ਆਗੂ ਹੈ, ਇਹਨਾਂ ਦੇ ਨਾਲ ਅਸੀਂ ਪਿੱਛੇ ਲੱਗ ਕੇ ਸਾਰੇ ਕੰਮ ਕਰਦੇ ਹਾਂ। ਅੱਜ ਇਹਨਾਂ ਨੇ ਤੁਹਾਡੇ ਰੂਬਰੂ ਕਰਾਇਆ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਥੈਂਕ ਯੂ ਡਾਕਟਰ ਗਗਨਦੀਪ, 2 ਮਿੰਟ ਲਈ ਆਪਣੇ ਵਿਚਾਰ ਦੇਣਗੇ, ਫਿਰ ਜਾਰੀ ਰੱਖਾਂਗੇ। ਮੈਂ ਕੁਛ ਬੋਲਣਾ ਤਾਂ ਨਹੀਂ ਚਾਹੁੰਦਾ ਸੀ, ਪਰ ਮੈਂ ਐਮ ਪੀ ਸਾਹਿਬ ਨੂੰ ਦੇਖ ਕੇ ਇੱਕ ਅਪੀਲ ਲੁਧਿਆਣਾ ਵਾਸੀਆਂ ਵੱਲੋਂ ਕਰਨਾ ਚਾਹੁੰਦਾ। ਤੁਸੀਂ ਪਾਰਲੀਮੈਂਟ ਦੇ ਵਿੱਚ ਲੁਧਿਆਣੇ ਨੂੰ ਰਿਪ੍ਰੈਜੈਂਟ ਕਰਦੇ ਹੋ, ਸਾਡੀਆਂ 2 ਤੁਹਾਡੇ ਅੱਗੇ ਰਿਕੁਐਸਟ ਨੇ ਕਿ ਜਿਹੜੀ ਵੀ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਹੁੰਦੀ ਹੈ ਉਹ ਹਮੇਸ਼ਾ ਹੋਸਪਿਟਲ ਦੇ ਵਿੱਚ ਹੁੰਦੀ ਹੈ, ਉਹਨਾਂ ਨੂੰ ਔਨ ਡਿਊਟੀ ਸਮਝਿਆ ਜਾਵੇ ਕਿ ਜਿਹੜੇ ਚਾਹੇ ਉਹ ਨਰਸ ਹੈ, ਚਾਹੇ ਡਾਕਟਰ ਹੈ, ਚਾਹੇ ਉਹ ਰੈਸਟ ਦੇ ਉੱਤੇ ਹੈ, ਜਿਹੜਾ ਵੀ ਕੋਈ ਤਸ਼ੱਦਦ, ਕੋਈ ਵਾਇਲੈਂਸ ਜਾਂ ਰੇਪ ਹੋਸਪਿਟਲ ਦੇ ਪ੍ਰਿੰਸੀਪਲ 'ਚ ਹੁੰਦਾ ਹੈ, ਉਹਨੂੰ ਔਨ ਡਿਊਟੀ ਪਰ ਕ੍ਰਾਈਮ ਮੰਨਿਆ ਚਾਹੀਦਾ। ਜੇ ਸਾਰੇ ਪੁਲਿਸ ਪਰਸਨਲ ਵਾਸਤੇ ਜਾਂ ਬਾਕੀਆਂ ਵਾਸਤੇ ਇੱਕ ਲੋਅ ਹੈ, ਤਾਂ ਮੈਡੀਕਲ ਪਰਸਨਲ ਵਾਸਤੇ ਕਿਉਂ ਨਹੀਂ ਹੈ? ਇਹ ਤਾਂ ਇੱਕ ਬੜੀ ਬੇਸਿਕ ਜੀ ਸਾਡੀ ਰਿਕੁਆਇਰਮੈਂਟ ਹੈ, ਕਿਉਂਕਿ ਇਹ ਘਰਾਂ ਦੇ ਵਿੱਚ ਨਹੀਂ ਹੁੰਦਾ, ਇਹ ਕੰਮ ਦੇ ਉੱਤੇ ਹੁੰਦਾ। ਨੰਬਰ 2, ਪਾਰਲੀਮੈਂਟ ਦੇ ਵਿੱਚ ਬੜੇ ਨਾਅਰੇ ਲੱਗਦੇ ਆ ਜਦੋਂ ਸਾਡੇ ਪ੍ਰਧਾਨ ਮੰਤਰੀ ਯੂਨੀਫਾਰਮ ਸਿਵਲ ਕੋਡ 'ਤੇ ਗੱਲ ਕਰਦੇ ਆ। ਲੁਧਿਆਣਾ ਵਾਸੀਆਂ ਦੀ ਇੱਕੋ ਹੀ ਰਿਕੁਐਸਟ ਹੈ ਕਿ ਪਹਿਲੇ ਇੱਕ ਯੂਨੀਫਾਰਮ ਪੀਨਲ ਕੋਡ ਹੋਣਾ ਚਾਹੀਦਾ ਸਾਰੇ ਰੇਪ, ਚਾਹੇ ਉਹ ਵੈਸਟ ਬੰਗਾਲ 'ਚ ਹੈ, ਚਾਹੇ ਯੂਪੀ 'ਚ ਹੈ, ਚਾਹੇ ਉਹ ਉੱਤਰਾਖੰਡ 'ਚ ਹੈ, ਉਹਨਾਂ ਨੂੰ ਇਕੁਅਲੀ ਕਿਉਂ ਨਹੀਂ ਦੇਖਿਆ ਜਾਂਦਾ? ਇਹ ਸਾਡੀ ਮੈਂ ਬੇਨਤੀ ਕਰਦਾ ਸੁਖਿੰਦਰ ਕੌਰ ਜੀ ਨੂੰ ਕਿ ਉਹ ਆਪਣੇ ਵਿਚਾਰ ਰੱਖਣਗੇ। ਸਾਥੀਓ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਅਸੀਂ ਹਨੇਰਿਆਂ ਦੇ ਖਿਲਾਫ ਬੋਲਣ ਵਾਲੇ ਲੋਕ ਹਾਂ। ਮੈਂ ਇਹ ਕਹਿਣਾ ਚਾਹੁੰਦੀ ਹਾਂ ਬਹੁਤ ਸੰਖੇਪ ਵਿੱਚ ਕਿ ਇਹ ਜਿਹੜੀਆਂ ਬਲਾਤਕਾਰਾਂ ਦੀਆਂ ਘਟਨਾਵਾਂ ਨੇ ਅਤੇ ਹਿੰਸਾ ਦੀਆਂ ਘਟਨਾਵਾਂ ਨੇ, ਛੋਟੀਆਂ ਬੱਚੀਆਂ ਤੋਂ ਲੈ ਕੇ 90-92 ਸਾਲ ਦੀਆਂ ਔਰਤਾਂ ਤੱਕ, ਇਹ ਸਾਰੇ ਸਮਾਜ ਨੂੰ ਬਹੁਤ ਨਿਰਾਸ਼ਾ ਦੀ ਖੱਡ ਵਿੱਚ ਧੱਕ ਰਹੀਆਂ ਹਨ। ਅੱਜ ਸਾਡੀਆਂ ਜਵਾਨ ਕੁੜੀਆਂ ਸੋਚਦੀਆਂ ਕਿ ਉਹ ਡਿਊਟੀ 'ਤੇ ਜਾਣ ਅਤੇ ਕਿਵੇਂ ਜਾਣ, ਅਤੇ ਵਾਪਸ ਆਪਣੇ ਘਰਾਂ ਨੂੰ ਆਉਣ ਤਾਂ ਕਿਵੇਂ ਆਉਣ, ਇਹ ਬਹੁਤ ਵੱਡਾ ਸਵਾਲ ਹੈ। ਇਹ ਡਰ ਜਿਹੜਾ ਉਹ ਕੋਈ ਹੋਰ ਨਹੀਂ ਸਮਝ ਸਕਦਾ, ਜਿਹੜੀ ਕੁੜੀ ਜਾ ਰਹੀ ਹੈ, ਜਿਹੜੀ ਔਰਤ ਜਾ ਰਹੀ ਹੈ, ਜਿਹੜੀ ਮਾੜੀ ਦੇ ਹਨੇਰੇ 'ਚ ਫਸ ਜਾਂਦੀ ਹੈ, ਸਿਰਫ ਅਤੇ ਸਿਰਫ ਉਹੀ ਜਾਣਦੀ ਹੈ। WHO ਨੇ ਰਿਪੋਰਟ ਦਿੱਤੀ, ਨੇ ਕਿਹਾ ਕਿ ਹਿੰਦੁਸਤਾਨ ਔਰਤਾਂ ਦੇ ਰਹਿਣ ਲਈ ਸਭ ਤੋਂ ਖਤਰਨਾਕ ਦੇਸ਼ ਹੈ। ਇਹ ਔਰਤਾਂ ਦੇ ਰਹਿਣ ਲਈ ਇੰਨਾ ਖਤਰਨਾਕ ਹੈ ਕਿ ਇੱਕ ਪਾਸੇ ਅਸੀਂ ਦੇਵੀਆਂ ਦੀ ਪੂਜਾ ਕਰੀ ਜਾਂਦੇ ਹਾਂ, ਇੱਕ ਪਾਸੇ ਅਸੀਂ ਕੰਜਕਾਂ ਦੇ ਪੈਰ ਧੋਈ ਜਾਂਦੇ ਹਾਂ, ਅਤੇ ਦੂਜੇ ਪਾਸੇ ਕੰਜਕਾਂ ਦੇ ਰੇਪ ਕਰੀ ਜਾਂਦੇ ਹਾਂ।
NCRB ਦੀ ਰਿਪੋਰਟ ਤੁਸੀਂ ਦੇਖੋ ਕਿੰਨੀ ਖਤਰਨਾਕ ਹੈ ਕਿ ਹਿੰਦੁਸਤਾਨ 'ਚ ਇੱਕ ਦਿਨ 'ਚ 87 ਬਲਾਤਕਾਰ ਅਤੇ ਇਹ ਉਹ ਬਲਾਤਕਾਰ ਨੇ ਜਿਹੜੇ ਰਜਿਸਟਰਡ ਹੁੰਦੇ ਨੇ, ਇਸ ਤੋਂ 10 ਗੁਣਾ ਵੱਧ ਨੇ ਜਿਹੜੇ ਕਿ ਰਜਿਸਟਰਡ ਨਹੀਂ ਹੁੰਦੇ। ਚੰਗੀ ਗੱਲ ਹੈ ਕਿ ਸਾਡੇ ਵਿੱਚ ਸਾਡੇ ਨੁਮਾਇੰਦੇ ਖੜ੍ਹੇ ਆ ਲੋਕ ਸਭਾ ਦੇ, ਬਹੁਤ ਖੁਸ਼ੀ ਹੋਈ ਹੈ ਕਿ ਇਹ ਆਏ ਨੇ। ਇਹਨਾਂ ਦੇ ਦਿਲ 'ਚ ਕੋਈ ਤਾਂ ਦਰਦ ਹੋਏਗਾ ਕਿ ਉਹ ਇਸ ਚੌਂਕ ਦੇ ਵਿੱਚ ਆਏ ਹੈ। ਅਸੀਂ ਧੰਨਵਾਦ ਕਰਦੇ ਹਾਂ, ਪਰ ਨਾਲ ਦੀ ਨਾਲ ਸੱਚ ਜਿਹੜਾ ਕਿ ਸਾਰੀ ਦੁਨੀਆ ਦੇ ਸਾਹਮਣੇ ਹੈ ਕਿ ਲਿੰਗਕ ਵਿਤਕਰਿਆਂ ਦੇ ਪਿੱਛੇ ਧਾਰਮਿਕ ਵਿਤਕਰੇ ਨੇ, ਅਤੇ ਉਹ ਵੀ ਸਾਡੇ 24 ਦੇ ਲੀਡਰਾਂ ਵੱਲੋਂ। ਇਹ ਸਾਨੂੰ ਬਰਦਾਸ਼ਤ ਨਹੀਂ ਹੋ ਰਿਹਾ ਜੇ ਮਣੀਪੁਰ ਦੇ ਵਿੱਚ ਔਰਤਾਂ ਨੂੰ ਨੰਗਾ ਕਰਕੇ 900 ਦੀ ਭੀੜ ਉਹਦੇ ਗੁਪਤ ਅੰਗਾਂ 'ਤੇ ਖੇਡਦੀ ਜਾਂਦੀ ਹੈ, ਅਤੇ ਉੱਥੇ ਕੋਈ ਸਾਡੇ ਪ੍ਰਧਾਨ ਮੰਤਰੀ ਜੀ ਇੱਕ ਸ਼ਬਦ ਤੱਕ ਨਹੀਂ ਬੋਲਦੇ। ਦੂਜੇ ਪਾਸੇ ਜੇ ਕੋਈ ਮੁਸਲਿਮ ਕੁੜੀ ਨਾਲ, ਮੁਸਲਿਮ ਔਰਤ ਨਾਲ ਬਲਾਤਕਾਰ ਹੁੰਦਾ ਤਾਂ ਕੋਈ ਨੋਟਿਸ ਨਹੀਂ ਲਿਆ ਜਾਂਦਾ। ਮੈਂ ਇੱਕ ਛੋਟੀ ਬੱਚੀ 8 ਸਾਲ ਦੀ ਆਸਿਫਾ, ਉਹਦੇ ਵਿਰੁੱਧ, ਉਸਦੇ ਬਲਾਤਕਾਰ ਦੇ ਵਿਰੁੱਧ ਉੱਥੋਂ ਦੇ ਵਕੀਲਾਂ ਨੇ ਇਸ ਕਰਕੇ ਬਹੁਤ ਵੱਡਾ ਜਲੂਸ ਕੱਢਿਆ ਕਿ ਜਿਹੜੇ ਰੇਪਿਸਟ ਨੇ ਉਹ ਹਿੰਦੂ ਨੇ। ਭਾਈ ਕੋਈ ਵੀ ਰੇਪਿਸਟ ਦਾ ਕੋਈ ਧਰਮ ਨਹੀਂ, ਜੇ ਕਿਸੇ ਰੇਪਿਸਟ ਦਾ ਧਰਮ ਨਹੀਂ, ਉਹ ਸਿਰਫ ਬਲਾਤਕਾਰੀ ਆ, ਪਾਪੀ ਹੈ, ਉਹ ਗੁਨਾਹਗਾਰ ਹੈ, ਉਹ ਸਮਾਜ ਦਾ ਵੀ ਗੁਨਾਹਗਾਰ ਹੈ ਅਤੇ ਉਹ ਸਾਡੇ ਕਾਨੂੰਨ ਦਾ ਵੀ ਗੁਨਾਹਗਾਰ ਹੈ। ਅਸੀਂ ਇਹ ਅਪੀਲ ਕਰਦੇ ਹਾਂ ਕਿ ਇਹ ਗੁਨਾਹ ਜਿਹੜੇ ਨੇ ਇਹ ਤਦ ਤੱਕ ਨਹੀਂ ਜੇ ਰੁਕਣੇ ਜਦ ਤੱਕ ਇਸ ਨੂੰ ਇੱਕ ਨਜ਼ਰ ਦੇ ਨਾਲ ਵੇਖਿਆ ਨਹੀਂ ਜਾਂਦਾ, ਜਦ ਤੱਕ ਜਿਹੜੇ ਕਾਨੂੰਨੀ ਜਿਹੜੇ ਸਾਡੇ ਸ਼ਿਕੰਜੇ ਨੇ ਉਹ ਬਿਨਾਂ ਕਿਸੇ ਵਿਤਕਰੇ ਦੇ ਉਹਨਾਂ 'ਤੇ ਕਸੇ ਨਹੀਂ ਜਾਂਦੇ। ਮੈਂ ਨਿਰਭਇਆ ਕਾਂਡ ਜਿਹੜਾ ਸੀ, ਫਾਸਟ ਟਰੈਕ ਦਾ ਇਨਸਾਫ ਹੋਇਆ, ਉਹ ਵੀ 7 ਸਾਲਾਂ 'ਚ। ਇਹ ਫਾਸਟ ਟਰੈਕ ਹੈ, ਇਹਦਾ ਉੱਧਰੋਂ ਇਹਦਾ ਗੱਡਾ ਹਵਾਈ ਜਹਾਜ਼ਾਂ ਅਤੇ ਰਾਕਟਾਂ ਦੇ ਸਮੇਂ ਵਿੱਚ ਗੱਡੇ ਦੀ ਤੋੜ ਤੁਰਦਾ ਜਦੋਂ ਵੀ ਔਰਤਾਂ ਦੇ ਵਿਰੁੱਧ ਕੋਈ ਹਿੰਸਾ ਹੁੰਦੀ ਹੈ। ਤਾਂ ਇੱਕ ਦੂਜੇ ਪਾਸੇ ਹੈ ਕਿ ਅਸੀਂ ਸਮਾਜ ਵਾਲੇ ਜਿਹੜੇ ਬੰਦੇ ਹਾਂ, ਇਹਨਾਂ ਨੂੰ ਇਸ ਤੋਂ ਅੱਗੇ ਕੁਛ ਹੋਰ ਸੋਚਣ ਦੀ ਲੋੜ ਹੈ, ਕੁਛ ਹੋਰ ਸੋਚਣ ਦੀ ਲੋੜ ਹੈ ਕਿ ਸਾਡੀ ਜਿਹੜੀ ਪਿੱਤਰ ਸੱਤਾ ਦੀ ਮਾਨਸਿਕਤਾ ਹੈ, ਇੱਥੇ ਚਿੰਤਨ ਕਰਨਾ ਚਾਹੀਦਾ ਕਿ ਉਹ ਸਾਡੀ ਦੁਸ਼ਮਣ ਬਣੀ ਬੈਠੀ ਹੈ। ਇਸ ਕਰਕੇ ਸੱਟ ਮਾਰਨੀ ਹੈ, ਸਾਨੂੰ ਸਾਰਿਆਂ ਨੂੰ ਮਿਲ ਕੇ ਬੈਠਣ ਦੀ ਲੋੜ ਹੈ, ਚਿੰਤਨ ਕਰਨ ਦੀ ਲੋੜ ਹੈ। ਅਸੀਂ ਕਿਤੋਂ ਤੋਂ ਸ਼ੁਰੂ ਕਰੀਏ, ਕਿਤੋਂ ਤੋਂ ਇਹ ਹੋਵੇ ਕਿ ਸਾਡੇ ਸਮਾਜ ਦੇ ਮੁੰਡੇ ਅਤੇ ਕੁੜੀਆਂ ਦੇ ਵਿੱਚ ਲਿੰਗਕ ਵਿਤਕਰਾ ਜਦ ਤੱਕ ਖਤਮ ਨਹੀਂ ਹੁੰਦਾ, ਇਹ ਬਲਾਤਕਾਰ ਨਹੀਂ ਜੇ ਖਤਮ ਹੋਣੇ। ਅਸੀਂ ਇੱਥੇ ਹੀ ਲੁਧਿਆਣੇ ਦੇ ਵਿੱਚ ਕਦੀ ਮੋਮਬੱਤੀਆਂ ਬਾਲ ਲੈਂਦੇ ਹਾਂ, ਕਦੀ ਅਸੀਂ ਚੌਂਕਾਂ 'ਚ ਇਕੱਠੇ ਹੋ ਜਾਂਦੇ ਹਾਂ, ਕਦੀ ਅਸੀਂ ਕੁਛ ਕਰਦੇ ਹਾਂ, ਕਦੀ ਕੁਛ ਕਰਦੇ ਹਾਂ, ਕਦੀ ਰਾਤਾਂ ਨੂੰ ਸੜਕਾਂ ਮਾਰਦੇ ਹਾਂ ਕਿ ਇਹ ਸੜਕਾਂ ਕੁੜੀਆਂ ਦੀਆਂ ਵੀ ਨੇ। ਉਹ ਮਾੜਾ ਜਿਹਾ ਕੋਈ ਸੋਚੇ ਤਾਂ ਸਹੀ ਕਿ ਜਿੱਥੇ ਸਾਡੇ ਬੱਚੇ ਤੁਰਦੇ ਨੇ ਉੱਥੇ ਸਾਨੂੰ ਵੀ ਤਾਂ ਪੂਰਾ ਅਧਿਕਾਰ ਹੈ ਨਾ। ਤਾਂ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦਈਏ, ਜਿਹੜੇ ਇਹ ਵਿਤਕਰੇ ਨੇ ਬੰਦ ਕਰੀਏ, ਲਿੰਗਕ ਵਿਤਕਰੇ ਬੰਦ ਕਰੀਏ।
ਤਾਂ ਕਿਸੇ ਹੋਰ ਕੁੜੀਆਂ ਦਾ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਇਹ ਘਟਨਾਵਾਂ ਨਾ ਵਾਪਰਨ, ਉਸ ਤੋਂ ਭਿਆਨਕ ਘਟਨਾ ਵਾਪਰ ਜਾਂਦੀ ਹੈ, ਦਿਲ ਵਲੂੰਦਰਿਆ ਜਾਂਦਾ, ਤੁਹਾਡੇ ਵੀ ਸਾਰਿਆਂ ਦੇ ਦਿਲ ਵਲੂੰਦਰੇ ਹੋਏ ਹੈ। ਤੁਸੀਂ ਤਾਂ ਆਏ ਹੋ, ਜਿਹੜੇ ਇੱਥੇ ਮੇਰੇ ਬੱਚੇ ਖੜ੍ਹੇ ਹੈ ਇਹ ਵੀ ਤਾਂ ਆਏ ਹੋਏ ਕਿ ਇਹਨਾਂ ਦੇ ਦਿਲ ਵਲੂੰਦਰੇ ਹੋਏ ਹੈ, ਇੱਥੇ ਮੇਰੇ ਭਰਾ ਖੜ੍ਹੇ ਹੈ ਇਹਨਾਂ ਦੇ ਦਿਲ ਵਲੂੰਦਰੇ ਹੋਏ ਹੈ। ਆਖਿਰ ਅਸੀਂ ਉਸ ਸਮਾਜ ਦਾ ਅੰਗ ਆ, ਆਪਾਂ ਸਾਰੇ ਸੋਹਣਾ ਸਮਾਜ ਬਣਾਈਏ ਜਿੱਥੇ ਕੋਈ ਮੁਸ਼ਕਰਾ ਨਾ ਹੋਵੇ। ਬਹੁਤ ਧੰਨਵਾਦ। ਧੰਨਵਾਦ ਕੌਲ ਜੀ। ਹੁਣ ਮੈਂ ਬੇਨਤੀ ਕਰਦਾ ਹਾਂ ਨੌਜਵਾਨ ਡਾਕਟਰ ਡਾਕਟਰ ਪ੍ਰਗਿਆ ਸ਼ਰਮਾ ਨੂੰ ਕਿ ਉਹ ਆਪਣੇ ਵਿਚਾਰ ਕਰੂੰਗਾ ਸਾਂਝੇ ਕਰਨਗੇ। ਉਸ ਤੋਂ ਬਾਅਦ ਡਾਕਟਰ ਮੋਨਿਕਾ ਉਹਨਾਂ ਨੇ ਕਿਤੇ ਜਾਣਾ, ਮੈਂ ਕਿਸੇ ਉਹਨਾਂ ਦੀ ਬਾਤ ਬੋਲ ਕੇ ਜਾਏਗਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਮੇਰੀ ਪੰਜਾਬੀ ਥੋੜ੍ਹੀ ਪੰਜ ਸਾਲਾਂ 'ਚ ਪੰਨੀ ਮੈਂ ਬੋਲਾਂਗੀ ਪੰਜਾਬੀ 'ਚ, ਟਰਾਈ ਕਰਦੀ ਹਾਂ। ਅਤੇ ਮੈਂ ਇੱਥੇ ਨਾ ਸਾਰੀ ਚੀਜ਼ਾਂ ਲੋਕ ਬੋਲ ਹੀ ਰਹੇ, ਮੈਂ ਆਪਣੇ ਪੱਛਮ ਬੰਗਾਲ ਦੇ ਸਾਥੀਆਂ ਦਾ ਥੋੜ੍ਹਾ ਇੱਥੇ ਆਵਾਜ਼ ਉਠਾਉਣਾ ਚਾਹੁੰਦੀ ਹਾਂ। ਮੈਂ ਉੱਥੇ 3 ਸਾਲ ਪੜ੍ਹਾਈ ਕੀਤੀ ਹੈ ਅਤੇ ਉੱਥੇ ਜੇ ਹੋ ਰਿਹਾ ਉਹ ਵੀ ਬੁਮ ਸਰਕੂਲੇਟ ਹੋ ਰਿਹਾ ਮੇਨ ਸਟ੍ਰੀਮ ਮੀਡੀਆ 'ਤੇ, ਉਹ ਮੈਨੂੰ 5-6 ਦਿਨ ਪਹਿਲਾਂ ਪਤਾ ਸੀਗਾ। ਕ੍ਰਾਈਮ ਸੀਨ ਹੈਜ਼ ਬੀਨ ਡਿਸਰਪਟਿਡ, ਜੋ ਅਸੀਂ ਨਿਆਂ ਮੰਗ ਰਹੇ ਹਾਂ ਤਾਂ ਪਹਿਲੀ ਚੀਜ਼ ਆਉਂਦੀ ਹੈ ਕ੍ਰਾਈਮ ਸੀਨ ਨੂੰ ਇੰਟੈਕਟ ਰੱਖਣਾ। ਕ੍ਰਾਈਮ ਸੀਨ ਇਜ਼ 90% ਡਿਸਟਰੋਇਡ। ਆਈ ਐਮ ਨੋਟ ਟ੍ਰਾਈਂਗ ਟੂ ਬੀ ਪੋਲੀਟੀਕਲ, ਮੇਰੀ ਕੋਈ ਪੋਲੀਟੀਕਲ ਪਾਰਟੀ ਦੇ ਨਾਲ ਕੋਈ ਨਹੀਂ ਹੈਗੀ ਹੈ। ਮੈਂ ਨਾਰੀ ਸ਼ਕਤੀ ਦੇ ਲਈ ਹੀ ਬੋਲਾਂਗੀ। ਜੇ ਜਦੋਂ ਮੇਰਾ ਕਾਂਡ ਹੋਇਆ ਸੀਗਾ ਤਦ ਮੈਂ ਲਿਖਿਆ ਸੀ, ਮੈਂ ਇਹਦੇ ਵਿੱਚ ਕੋਈ ਐਕਸਪਲੇਨੇਸ਼ਨ ਦੀ ਲੋੜ ਨਹੀਂ ਹੈ। ਅਤੇ ਉੱਥੇ ਟੈਂਪਰਿੰਗ ਹੋਈ ਹੈ, ਐਵੀਡੈਂਸ ਦੀ ਥੋੜ੍ਹੀ ਥੋੜ੍ਹੀ ਸੀ, ਉਹਨਾਂ ਦਾ ਨਾਮ ਹੁਣ ਅਭੈ ਰੱਖਿਆ ਜਾ ਰਿਹਾ। ਅਤੇ ਮੈਨੂੰ ਕਾਫੀ ਲੋਕ ਕਹਿ ਰਹੇ ਸੀ ਕਿ ਤੁਸੀਂ ਕਾਹਦੇ ਲਈ ਬੋਲੀ ਜਾਂਦੇ ਹੋ, ਕਾਹਦੇ ਲਈ ਆਵਾਜ਼ ਚੁੱਕੀ ਜਾਂਦੇ ਹੋ, ਅਤੇ ਮੈਂ ਕਾਹਦੇ ਲਈ ਨਹੀਂ ਚੱਕਾਂ। ਜੇ ਉਹ ਵੀ ਤਾਂ ਉਹੀ ਕਰ ਰਹੀ ਸੀਗੀ ਨਾ, ਜੇ ਉਹਦੀ ਅਗਰ ਲਾਸਟ ਵਿਸ਼ ਕੋਈ ਪੁੱਛ ਸਕਦਾ ਤਾਂ ਉਹ ਇਹੀ ਕਹਿੰਦੀ ਕਿ ਮੇਰੀ ਆਵਾਜ਼ ਨੂੰ ਅੱਗੇ ਲੈ ਜਾਓ, ਅਤੇ ਮੈਂ ਉਹੀ ਕਰ ਰਹੀ ਹਾਂ। ਦੈਟ ਇਜ਼ ਆਲ ਆਈ ਕੈਨ ਸੇ। ਥੈਂਕ ਯੂ। ਡਾਕਟਰ ਮੋਨਿਕਾ, ਉਸ ਤੋਂ ਬਾਅਦ ਕਿੱਥੇ ਡਾਕਟਰ ਅੰਕੁਸ਼, ਤੁਸੀਂ ਆ ਜਾਓ। ਸਤਿ ਸ਼੍ਰੀ ਅਕਾਲ ਸਰ, ਮੈਂ ਇੱਕ ਜਨਰਲ ਸਬਜੈਕਟ ਆਮ ਤੌਰ ਦੇ ਵਿੱਚ ਇਹ ਫੀਲ ਲੜਕੇ ਲੈਂਦੇ ਆ, ਅਤੇ ਮੈਂ ਤਾਂ ਸ਼ੁਰੂ 'ਚ ਲੈਂਦੀ ਸੀ ਅਤੇ ਪੁੱਛਿਆ ਸੀ ਕਿਉਂ ਲਿੱਤਾ ਹੋਇਆ, ਪਰ ਜਦਕਿ ਅੱਜ ਇਹ ਸਵਾਲ ਖਤਮ ਹੋ ਗਿਆ। ਬੜੀ ਸ਼ਰਮ ਵਾਲੀ ਗੱਲ ਹੈ ਕਿ ਆਪਣਾ ਮੁਲਕ, ਸਟੇਟ ਅਤੇ ਜਿੱਦਾਂ ਦੇ ਕਿੱਸੇ ਅਸੀਂ ਸੁਣ ਰਹੇ ਹਾਂ, ਅਸੀਂ ਹੋਰ ਕਿੰਨੇ ਵਿਚਲੇ ਸਤਰ 'ਤੇ ਜਾਵਾਂਗੇ। ਅਤੇ ਇਸ ਨੂੰ ਕਰਨ ਲਈ ਸਾਰਿਆਂ ਦੇ ਪਾਰਟੀਸਪੇਸ਼ਨ ਦੀ ਲੋੜ ਹੈ। ਕਿਸ ਤਰ੍ਹਾਂ ਠੀਕ ਕਰਨਾ, ਸਭ ਨੇ ਆਪਣੇ ਆਪਣੇ ਵਿਚਾਰ ਰੱਖ ਦਿੱਤੇ। ਮੈਟਰ ਇਹ ਹੈ ਇੰਪਲੀਮੈਂਟ ਕਰਨ ਦੇ, ਕਾਨੂੰਨ ਸਖ਼ਤ ਬਣਨ, ਇੰਪਲੀਮੈਂਟ ਹੋਣ, ਅਵੇਅਰਨੈਸ ਹੋਏ ਪੋਲੀਟੀਕਲ ਲੀਡਰਸ ਦੇ, ਇੱਕ ਰਿਲੀਜਨ ਨੂੰ ਪਰਸਨਲ ਟੋਪਿਕ ਮੰਨਿਆ ਜਾਏ, ਪੋਲੀਟਿਕਸ ਨੂੰ ਸੈਪਰੇਟ ਰੱਖਿਆ ਜਾਏ। ਇਹ ਇੱਕ ਬਹੁਤ ਵੱਡੀ ਦਿੱਕਤ ਆ ਗਈ ਹੈ, ਜਿਹੜਾ ਰਿਲੀਜਨ ਅਤੇ ਪੋਲੀਟਿਕਸ ਮਿਕਸ ਕਰ ਦਿੱਤਾ ਗਿਆ। ਅਤੇ ਮੈਂ ਆਪ ਇੱਕ ਰੂਰਲ ਏਰੀਆ ਦੇ ਵਿੱਚ ਕੰਮ ਕਰਦੀ ਹਾਂ, ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ, ਲੇਕਿਨ ਜਿਹੜਾ ਇਸ ਵੇਲੇ ਭੇਦਭਾਵ ਇੱਥੇ ਜਿਹੜੇ ਅਦਾਰਿਆਂ ਨੇ ਬੋਲਿਆ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕੁਛ ਗਲਤ ਬੋਲਿਆ। ਮੈਨੂੰ ਕੁਛ ਗੱਲਾਂ 'ਤੇ ਬਹੁਤ ਸ਼ਰਮ ਆਉਂਦੀ ਹੈ ਕਿਸੇ ਵੀ ਰਿਲੀਜਨ ਨਾਲ। ਸੋ ਹੁਣ ਲੋੜ ਇਹ ਹੈ ਕਿ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇ, ਕਿਉਂਕਿ ਪੋਲੀਟੀਸ਼ੀਅਨ ਦੇ ਵਿੱਚ ਥੋੜ੍ਹਾ ਜਿਹਾ ਟਰੱਸਟ ਘੱਟ ਗਿਆ। ਸਰ, ਮਾਫ਼ ਕਰਨਾ। ਥੈਂਕ ਯੂ ਡਾਕਟਰ ਅੰਕੁਸ਼। ਉਹਨਾਂ ਤੋਂ ਬਾਅਦ ਸਤਿ ਸ਼੍ਰੀ ਅਕਾਲ। ਮੈਂ ਇੱਥੇ ਫਸਟ ਆਫ ਆਲ ਸਰ ਤੁਹਾਡਾ ਵੈਲਕਮ ਕਰਦਾ, ਤੁਹਾਡਾ ਧੰਨਵਾਦ ਕਰਦਾ, ਸਾਡੀ ਮੁਹਿੰਮ ਦੇ ਵਿੱਚ ਹਿੱਸਾ ਲਿਆ, ਇੱਥੇ ਖੜ੍ਹੇ ਹੋਏ ਅਤੇ ਆਪ ਸਾਫ ਸੁਥਰਾ ਲੱਗਦਾ। ਤੁਹਾਨੂੰ ਵੀ ਉਸ ਲੜਕੂ ਦੀ ਲੜਕੀ ਦਾ ਓਨਾ ਹੀ ਦਰਦ ਹੈ ਜਿੰਨਾ ਸਾਨੂੰ। ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਵੀ ਆਪਾਂ ਕਹਿ ਦਿੰਦੇ ਹਾਂ ਇਕੁਐਲਿਟੀ,
ਇਕੁਐਲਿਟੀ ਤਾਂ ਉਦੋਂ ਹੋਊਗੀ ਨਾ ਜਦੋਂ ਆਪਾਂ ਸਾਰੇ, ਚਾਹੇ ਅਸ ਬੀਂਗ ਅ ਮੇਲ ਡਾਕਟਰ ਅਤੇ ਫੀਮੇਲ ਡਾਕਟਰ, ਅਸੀਂ ਇਕੱਠੇ ਕੰਮ ਕਰਦੇ ਹਾਂ, ਅਸੀਂ ਇਕੱਠੇ ਰਿਸਪੋਂਸੀਬਿਲਟੀ ਚੱਕਦੇ ਹਾਂ ਹਰੇਕ ਪੇਸ਼ੈਂਟ ਦੀ ਵੈਲਫੇਅਰ ਦੀ। ਜੇ ਉਹ ਫੀਮੇਲ ਡਾਕਟਰ 36 ਘੰਟੇ ਕੰਮ ਕਰ ਸਕਦੀ ਹੈ ਅਤੇ ਉਹਦੇ ਪ੍ਰਿੰਸੀਪਲ ਦਾ ਇਹ ਕੀ ਮਤਲਬ ਸੀ ਵੀ ਕਹਿਣਾ ਵੀ ਉਹ ਸੈਮੀਨਾਰ ਹਾਲ 'ਚ ਕੀ ਕਰ ਰਹੀ ਸੀ? ਇਹ ਇਨਵੈਸਟੀਗੇਟ ਨਹੀਂ ਕੀਤਾ ਗਿਆ ਵੀ ਉਹ ਸੈਮੀਨਾਰ ਹਾਲ ਤੱਕ ਲੈ ਕੇ ਕਿੱਦਾਂ ਗਈ। ਕਿਸੇ ਨੇ ਇਹ ਨਹੀਂ ਕਿਹਾ, ਇਹ ਪੁੱਛਿਆ ਗਿਆ, ਉੱਤੇ ਐਲੀਗੇਸ਼ਨ ਲਾ ਦਿੱਤੇ ਜਾਂਦੇ ਹਨ ਵੀ ਉਹ ਸੈਮੀਨਾਰ ਹਾਲ 'ਚ ਸੀ, ਉਹਦੀ ਤਾਂ 36 ਘੰਟੇ ਦੀ ਡਿਊਟੀ ਚੱਲ ਰਹੀ ਸੀ। ਉਸ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਇੱਕ ਨਰਸ ਆਪਣੇ ਕੰਮ ਤੋਂ ਵਾਪਸ ਘਰ ਜਾ ਰਹੀ ਸੀ ਅਤੇ ਮੈਂ ਇੱਕ ਬੇਨਤੀ ਕਰਦਾ ਵੀ ਜਿਹੜੇ ਹੋਸਪਿਟਲਸ ਇੰਨੇ ਅਸੀਂ ਵੱਡੇ ਹੋਸਪਿਟਲਸ ਨੇ, ਇੱਕ ਵਾਰ ਪਿਕ ਐਂਡ ਡਰੋਪ ਸਰਵਿਸ ਫੀਮੇਲ ਵਾਸਤੇ, ਜੇ ਲੇਟ ਨਾਈਟ ਉਹ ਕੰਮ ਕਰਦੀ ਹੈ ਤਾਂ ਉਹਦੇ ਘਰ ਤੋਂ ਉਹਨੂੰ ਪਿਕ ਐਂਡ ਡਰੋਪ ਦੀ ਸਰਵਿਸ ਦਿੱਤੀ ਜਾਣੀ ਚਾਹੀਦੀ ਹੈ ਉਹਦੀ ਸੇਫਟੀ ਵਾਸਤੇ। ਜੇ ਅਸੀਂ ਇਹ ਨਹੀਂ ਪ੍ਰੋਵਾਈਡ ਕਰ ਸਕਦੇ ਤਾਂ ਔਰਤਾਂ ਨੂੰ ਰਾਤ ਦੀ ਡਿਊਟੀ ਨਾ ਦਿਓ, ਡਿਊਟੀ ਉਸ ਟਾਈਮ ਦੀ ਦਿਓ ਜਿੱਥੇ ਉਹ ਸੁਰੱਖਿਅਤ ਨੇ। ਜੇ ਤੁਸੀਂ ਕਹਿੰਦੇ ਹੋ ਅਸੀਂ ਮੇਲ ਡਾਕਟਰਸ ਇਕੱਲੇ ਸਾਂਭਲਾਂਗੇ, ਇੰਨੇ ਲੋਕਾਂ ਨੂੰ ਨਹੀਂ ਸਾਂਭ ਸਕਦੇ ਅਸੀਂ। ਜੇ ਮੈਂ ਕਹਿੰਦਾ ਜੇ ਫੀਮੇਲ ਪੇਸ਼ੈਂਟਸ, ਜੇ ਫੀਮੇਲ ਡਾਕਟਰਸ ਨਾ ਹੋਣ ਤਾਂ ਤੁਸੀਂ ਦੱਸੋ, ਮੋਸਟਲੀ ਗਾਇਨਾ ਕਾਲਜਸ ਸਾਰੇ ਫੀਮੇਲਸ ਹੁੰਦੀਆਂ, ਜੇ ਗਾਇਨਾ ਕਾਲਜਸ ਨਾ ਹੋਣ ਤੁਸੀਂ ਦੱਸੋ ਅੱਗੇ ਤੁਹਾਡਾ ਵੰਸ਼ ਕਿੱਥੋਂ ਵਧੇਗਾ? ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਅੱਜ ਕਹਿ ਰਹੀ ਹੈ ਡਾਕਟਰਸ ਨਾਲ ਜੋ ਗਲਤ ਹੋ ਰਿਹਾ, ਬੇਟੀ ਪੜ੍ਹਾ ਕੇ ਸਭ ਤੋਂ ਅਹੁਦਾ ਮਾਂ ਪਿਓ ਮਹਿਸੂਸ ਕਰਦੇ ਨੇ ਮੇਰੀ ਬੇਟੀ ਡਾਕਟਰ ਬਣ ਗਈ, ਠਿੱਕ ਠੋਕ ਕੇ ਕਹਿੰਦੇ ਨੇ ਮੇਰੀ ਬੇਟੀ ਡਾਕਟਰ ਆ, ਉਹ ਡਾਕਟਰ ਨਾਲ ਆ ਹੋਇਆ ਉਹਦੇ ਕੰਮ 'ਤੇ, ਜਿੱਥੇ ਮਾਂ ਪਿਓ ਖੁਸ਼ੀ ਨਾਲ ਦੱਸਦੇ ਆ ਕਿ ਮੇਰੀ ਕੁੜੀ ਉੱਥੇ ਡਾਕਟਰ ਲੱਗੀ ਆ। ਉਹ 36 ਘੰਟੇ 60 ਘੰਟੇ ਦੀ ਡਿਊਟੀ ਹੁੰਦੀ ਆ CMC ਦੇ ਵਿੱਚ, 60 hours ਸਟੇ ਡਿਊਟੀ, 60 ਘੰਟੇ ਕੰਮ ਇਕੱਠਾ ਕਰਕੇ ਦਿਖਾਓ ਫਿਰ ਘਰ ਵੀ ਸਾਂਭਣਾ। ਆਪਾਂ ਮੇਲ ਡਾਕਟਰ ਅਸੀਂ ਆਪਣਾ ਕੰਮ ਕਰਦੇ ਹਾਂ ਘਰੇ ਜਾ ਕੇ ਰੋਟੀ ਵੀ ਨਹੀਂ ਦੇਖਦੇ, ਫੀਮੇਲ ਡਾਕਟਰ ਨੇ ਘਰ ਵੀ ਦੇਖਣਾ ਮਰੀਜ਼ ਵੀ ਦੇਖਣੇ। ਮੈਨੂੰ ਇੰਨਾ ਦੁੱਖ ਲੱਗਿਆ ਉਸ ਦਿਨ ਉਸ ਲੜਕੀ ਦੀ ਜਦੋਂ ਮੈਂ ਫੋਟੋ ਦੇਖੀ, ਉਹਨੂੰ ਕਿਹਾ ਸੁਸਾਈਡ ਆ, ਮਤਲਬ ਮੈਂ ਰੋ ਪਿਆ ਉਸ ਲੜਕੀ ਨੂੰ ਦੇਖ ਕੇ ਵੀ ਇਹਨੂੰ ਸੁਸਾਈਡ ਕਿਹਾ, ਮਤਲਬ ਉਹਦਾ ਮੂੰਹ ਤੋੜਤਾ, ਪੈਲਵਿਕ ਬੋਨ ਫ੍ਰੈਕਚਰ, ਮੈਂ ਇਹੀ ਬੇਨਤੀ ਕਰਦਾ ਵੀ ਫੀਮੇਲ ਡਾਕਟਰਸ, ਮੈਡੀਕਲ ਫੀਮੇਲ ਡਾਕਟਰਸ ਨਾਲ ਕਈ ਵਾਰੀ ਹੋ ਜਾਂਦਾ, ਪੰਜਾਬ ਵਿੱਚ
ਕਰੀਬ 10-12 ਸਾਲ ਸੀ, ਅਸੀਂ ਇਹ ਕਾਨੂੰਨ ਪਾਸ ਸੀ ਜਿਹੜਾ ਨਹੀਂ ਹੈ। ਅਸੀਂ ਚਾਹਵਾਂਗੇ ਇਸ ਗੱਲ ਨੂੰ ਤੁਸੀਂ ਸਾਡੇ ਇਲਾਕੇ ਦੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਜੀ ਨੇ ਸੰਵੇਦਨਸ਼ੀਲਤਾ
ਦਿਖਾਈ ਤੇ ਸਾਨੂੰ ਤਾਂ ਪਤਾ ਵੀ ਨਹੀਂ ਸੀ ਕਿ ਤੁਸੀਂ ਇੱਥੋਂ ਗੁਜ਼ਰ ਰਹੇ ਹੋ। ਜਦੋਂ ਉਤਰੇ ਤਾਂ ਮੈਂ ਕਿਹਾ ਤਾਂ ਬੜੀ ਅੱਛੀ ਗੱਲ ਹੈ, ਸਾਨੂੰ ਬੜਾ ਮਾਣ ਸਤਿਕਾਰ ਹੈ ਸਾਰੀਆਂ ਸੰਸਥਾਵਾਂ ਨੂੰ। ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਆਪਣੇ ਵਿਚਾਰ ਤੋਂ ਦੋ ਤਿੰਨ ਜੋ ਅਸੀਂ ਗੱਲਾਂ ਵੀ ਕਹੀਆਂ, ਇੱਥੇ ਮੇਰੇ ਡਾਕਟਰ ਗਗਨਦੀਪ ਨੇ ਇਹ ਕੇਸ ਬਾਰੇ ਕਾਨੂੰਨ ਬਣਵਾਉਣ ਦੇ ਲਈ, ਅਸੀਂ ਪਾਰਲੀਮੈਂਟ 'ਚ ਅਸੀਂ ਚਾਹਵਾਂਗੇ ਜਦੋਂ ਐਸੀ ਕੋਈ ਗੱਲ ਹੈਗੀ ਤੇ ਤੁਹਾਨੂੰ ਸਪੋਰਟ ਵੀ। ਧੰਨਵਾਦ ਡਾਕਟਰ ਮਿੱਤਰਾ ਜੀ, ਸਮੂਹ ਉਹਨਾਂ ਦੇ ਸਾਥੀਗਣ ਔਰ ਦੇਸ਼ ਨੂੰ ਔਰ ਸਮਾਜ ਨੂੰ ਔਰ ਔਰਤਾਂ ਨੂੰ ਪਿਆਰ ਕਰਨ ਵਾਲੇ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਬਿਰਾਜਮਾਨ ਨੇ, ਮੈਂ ਖੜੀਆਂ, ਮੈਂ ਉਹਨਾਂ ਦੇ ਅੱਗੇ ਸਿਰ ਝੁਕਾਉਣਾ ਔਰ ਥੋੜ੍ਹਾ ਲੋਕਾਂ ਦਾ ਧੰਨਵਾਦ ਕਰਦਾ ਕਿ ਇਹ ਜਿਹੜਾ 100 ਕਰੋੜ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਜਿਹਦੇ ਵਿੱਚ ਸਾਰਾ ਕਮਰਸ਼ਲਾਈਜੇਸ਼ਨ ਹੋ ਗਿਆ ਹੈ, ਲੋਕ ਮਤਲਬੀ ਹੋ ਗਏ ਨੇ, ਲੋਕ ਕੇਵਲ ਅਤੇ ਕੇਵਲ ਆਪਣਾ ਘਰ ਦੇ ਵਾਸਤੇ ਸੋਚਦੇ ਨੇ ਔਰ ਉਸ ਯੁੱਗ ਦੇ ਵਿੱਚ ਤੁਹਾਡੇ ਵਰਗੇ ਲੋਕ ਹਜੇ ਜਿਉਂਦੇ ਨੇ, ਹੈਗੇ ਨੇ, ਇਸ ਕਰਕੇ ਇਹ ਦੇਸ਼ ਹਜੇ ਚੱਲ ਰਿਹਾ। ਅਦਰਵਾਈਜ਼ ਕਦੇ ਕਦੇ ਮੈਂ ਮਹਿਸੂਸ ਕਰਦਾ, ਟੂ ਬੀ ਵੈਰੀ ਓਨੈਸਟ ਬੀਂਗ ਏ ਪੋਲੀਟੀਸ਼ੀਅਨ, ਪੋਲੀਟੀਸ਼ੀਅਨਾਂ ਦੇ ਡਾਕਟਰ ਸਾਹਿਬ ਚਲੇ ਗਏ, ਲੋਕਾਂ ਨੂੰ ਯਕੀਨ ਨਹੀਂ ਰਿਹਾ, ਦੈਟਸ ਟਰੂ, ਬਿਕੋਜ਼ ਸਾਡੇ ਵਰਗੇ ਚੰਦ ਲੋਕਾਂ ਨੇ ਕਈ ਐਸੇ ਕੰਮਾਂ 'ਤੇ ਚੁੱਪੀ ਸਾਧੀ, ਐਸੇ ਘਦਾਉਣੇ ਹਰਕਤਾਂ ਕੀਤੀਆਂ, ਇਸ ਕਰਕੇ ਲੋਕਾਂ ਦਾ ਹੌਲੀ ਹੌਲੀ ਸਾਡੇ ਤੋਂ ਬਾਹਰ ਉੱਠਦਾ ਜਾ ਰਿਹਾ ਹੈ। ਬਟ ਐਵਰੀਬਾਡੀ ਇਜ਼ ਨੋਟ ਲਾਈਕ ਦੈਟ, ਹਰ ਬੰਦੇ ਚਾਹੇ ਉਹ ਕਿਸੇ ਪਾਰਟੀ 'ਚ ਹੀ ਹੋਣ। ਕਦੇ ਕਦੇ ਮੈਨੂੰ ਲੱਗਦਾ ਕਿ ਅਗਰ ਦੇਸ਼ ਹੁਣ ਗੁਲਾਮ ਹੁੰਦਾ, ਟੂ ਬੀ ਵੈਰੀ ਓਨੈਸਟ ਵਾਟ ਮੈਮ ਸੇਜ਼, ਤਾਂ ਸ਼ਾਇਦ ਕੋਈ ਬੰਦੇ ਨੇ ਦੇਸ਼ ਹੀ ਨਹੀਂ ਆਜ਼ਾਦ ਕਰਵਾਉਣਾ ਸੀ, ਕਿ ਸਭ ਇੰਨੇ ਕੋਈ ਸੈਕਰੀਫਾਈਸ ਕਰਨ ਲਈ ਤਿਆਰ ਨਹੀਂ ਹੈ। ਮੈਂ ਸੋਰੀ ਮਿੱਤਰਾ ਸਾਹਿਬ, ਮੈਨੂੰ ਇਨਫੋਰਮੇਸ਼ਨ ਨਹੀਂ ਸੀ ਕਿ ਤੁਸੀਂ ਇੱਥੇ ਖੜ੍ਹੇ ਹੋ, ਆਈ ਵਾਜ਼ ਗੋਇੰਗ ਸਮਵੇਅਰ ਐਲਸ, ਮੇਰਾ ਅੱਗੇ ਟਾਈਮ ਦਿੱਤਾ ਗਿਆ ਸੀ ਕਿਸੇ ਨੂੰ, ਆਈ ਸੋ ਕਿ ਦਿਸ ਇਜ਼ ਦ ਕੌਜ਼, ਇਹ ਮੁੱਦਾ ਹੈ, ਇਸ਼ੂ ਹੈ ਕਿ ਤੁਸੀਂ ਚੌਂਕ 'ਚ ਖੜ੍ਹੇ ਆਪਣਾ ਸਮਾਂ ਕੱਢ ਕੇ, ਬਹੁਤ ਸਾਰੇ ਲੋਕ ਮੈਂ ਦੇਖ ਰਿਹਾ ਵੱਡੀਆਂ ਵੱਡੀਆਂ ਕਾਰਾਂ 'ਤੇ ਚੱਲ ਕੇ ਉੱਧਰ ਚਲਾ ਗਿਆ ਉੱਧਰ ਚਲਾ ਗਿਆ, ਇੱਥੇ ਅਸੀਂ 25-30 ਲੋਕ ਖੜ੍ਹੇ ਹਾਂ। ਸੋ ਮੈਂ ਉੱਤਰ ਕੇ ਮੈਂ ਆਪਣਾ ਫਰਜ਼ ਅਦਾ ਕਰ ਰਿਹਾ, ਬੀਂਗ ਏ ਇਸ ਦੇਸ਼ ਦਾ ਇੱਕ ਆਮ ਨਾਗਰਿਕ ਹੋਣ ਦੇ ਨਾਤੇ, ਮੈਂ ਉਸ ਪੀੜਾ ਦੇ ਉਸ ਦਰਦ ਬੇਸ਼ੱਕ ਉਹ ਮੈਂ ਮਹਿਸੂਸ ਕਰ ਰਿਹਾ ਆਪਣੇ ਮਨ ਦੇ ਵਿੱਚ, ਆਪਣੀ ਕਾਰ ਦੇ ਵਿੱਚ ਬੈਠਾ, ਲੇਕਿਨ ਸਾਨੂੰ ਉਹਦੇ ਬਾਰੇ ਲੋਕਾਂ ਨੂੰ ਵੀ ਦੱਸਣਾ ਪਏਗਾ ਕਿ ਮੈਂ ਦਰਦ ਮਹਿਸੂਸ ਕਰ ਰਿਹਾ। ਮੈਡਮ ਨੇ ਕਿਹਾ ਕਿ ਹੁਣ ਨਾਓ ਇਟਸ ਦਾ ਟਾਈਮ ਟੂ ਫਾਈਟ, ਲੜਨਾ ਹੋਏਗਾ, ਉਹਨਾਂ ਦੇ ਫਾਦਰ ਲੜੇ, ਲੇਕਿਨ ਮੈਮ ਸੋਰੀ ਟੂ ਸੇ ਕਿ ਹੁਣ ਲੋਕਾਂ ਕੋਲੇ ਬਸ ਆਪਣੇ ਆਪ 'ਚ ਇੰਨੇ ਵਿਅਸਤ ਹੋ ਗਏ, ਮਤਲਬ ਹੀ ਹੋ ਗਏ, ਕਿਸੇ ਕੋਲੇ ਕਿਸੇ ਵਾਸਤੇ 10 ਮਿੰਟ ਨਹੀਂ ਹੈ, ਔਰ ਖਾਸ ਕਰਕੇ ਇਹੋ ਜਿਹੇ ਇਸ਼ੂਜ਼ 'ਤੇ ਬੇਸ਼ੱਕ ਦਰਦ ਆਪਦਾ ਦੱਸਣਗੇ, ਲੇਕਿਨ ਇੱਦਾਂ ਉੱਥੇ ਲੜਾਈ ਕੋਈ ਲੜੇਗਾ ਨਹੀਂ, ਜੰਤਰ ਮੰਤਰ 'ਤੇ ਤੁਸੀਂ ਆਪਾਂ ਇਹਦੇ 'ਚੋਂ ਵੀ ਇੱਥੇ ਰਹਿ ਜਾਂਗੇ। ਬਟ ਹਾਂ, ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਲੋਕ ਇਸ ਤਰ੍ਹਾਂ ਦੇ ਇਸ਼ੂਜ਼ 'ਤੇ ਲੜਾਈ ਲੜੀਏ। 78 ਸਾਲਾਂ ਬਾਅਦ ਦੇਸ਼ ਆਜ਼ਾਦ ਹੋਏ, 78 ਸਾਲ ਹੋ ਗਏ, ਇਸ ਤੋਂ ਬਾਅਦ ਵੀ ਰੇਪ ਹੋ ਰਹੇ ਹੈ, ਮੈਨੂੰ ਆਪਣੇ ਆਪ 'ਤੇ ਵੀ ਸ਼ਰਮ ਆ ਰਹੀ ਹੈ ਕਿ ਅਸੀਂ ਵੀ ਉਸ ਪ੍ਰਣਾਲੀ ਦਾ ਹਿੱਸਾ ਹੈ, ਕਿ ਹਜੇ ਤੱਕ ਅਸੀਂ ਦੇਸ਼ 'ਚ ਐਸਾ ਕੋਈ ਕਾਨੂੰਨ ਨਹੀਂ ਬਣਾ ਪਾਏ ਜਿੱਥੋਂ ਜਿਹੜੇ ਦਰਿੰਦੇ ਲੋਕ ਹੈ ਉਹ ਇਸਤਰੀ ਦੇ ਨਾਲ, ਸਾਡੀਆਂ ਭੈਣਾਂ ਨਾਲ, ਕੁੜੀਆਂ ਨਾਲ ਔਰ ਸਾਡੀਆਂ ਮਾਵਾਂ ਨਾਲ ਇਸ ਤਰ੍ਹਾਂ ਦੀ ਦਰਿੰਦਗੀ ਕਰਨ ਤੋਂ ਹਜੇ ਤੱਕ ਵੀ ਉਹਨਾਂ ਦੇ ਮਨ ਦੇ ਵਿੱਚ ਭੈ ਨਹੀਂ ਪੈਦਾ ਹੋਇਆ।
ਐਂਡ ਡੈਫੀਨੇਟਲੀ ਇਹੋ ਜਿਹੇ ਲੋਕਾਂ ਨੂੰ ਡੈਥ ਪੈਨਲਟੀ ਕਰ ਦੇਣੀ ਚਾਹੀਦੀ ਹੈ। ਔਰ ਪਤਾ ਕਿੰਨੇ ਦਿਨਾਂ 'ਚ ਬੁਝਣਾ 30 ਡੇਜ਼ ਇਹ ਨਹੀਂਗਾ ਇੱਥੇ ਇਸ ਦੇਸ਼ ਦੇ ਅੰਦਰ ਕਾਨੂੰਨ ਚੱਲਦਾ 8 ਮਹੀਨੇ 2-2 ਸਾਲ 12-12 ਸਾਲ 18-18 ਸਾਲ ਫਿਰ ਲੋਕਾਂ ਨੂੰ ਇਹ ਲੱਗਦਾ ਕਿ ਨਹੀਂ ਤਾਂ ਅਲਟੀਮੇਟਲੀ ਕੁਝ ਹੋਣਾ ਹੀ ਨਹੀਂ ਹੈ। ਬੀਟ ਇੰਨੀ ਵੱਡੀ ਜਿਸ ਸਰਕਾਰ ਦੀ ਇਹ ਜ਼ਿੰਦਗੀ ਹੈ 30 ਦਿਨਾਂ ਦੇ ਅੰਦਰ ਅੰਦਰ ਇਹੋ ਜਿਹੇ ਵਿਅਕਤੀ ਨੂੰ ਡੈਥ ਪੈਨਲਟੀ ਹੋਣੀ ਚਾਹੀਦੀ ਔਰ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਇਹੋ ਜਿਹੇ ਲੋਕ ਨੂੰ ਜਦੋਂ ਡੈਥ ਪੈਨਲਟੀ ਹੋਈ ਹੈ। ਤੇ ਬੜੇ ਮੈਂ ਇਹੋ ਜਿਹੇ ਆ ਮੇਰੇ ਤਾਂ ਹਾਂ ਕਦੇ ਕਦੇ ਗੁੱਸਾ ਹੁੰਦਾ ਕਿ ਸਾਡੀ ਧੀ ਭੈਣ ਨਾਲ ਗਹਿਰਾਈਆਂ ਚੋਂ ਫਿਰ ਚੁਕਾ ਕੇ ਇਸ ਗੱਲ ਲਈ ਧੰਨਵਾਦ ਕਰਦਾ ਤਮਾਮ ਡਾਕਟਰ ਸਰ।